ਸਿੱਖਾਂ ਜੋ ਜਿਆਦਾ ਡੋਮੀਨੇਟ ਕਰਦੇ ਨੇ ਜੱਟ ਪਰਿਵਾਰ ਡੋਮੀਨੇਟ ਕਰਦੇ ਔਰ ਅਗਰ ਡੋਮੀਨੇਟ ਜਮਾਤ ਦੀ ਗੱਲ ਕੀਤੀ ਜਾਵੇ ਤੇ ਇਹ ਸਿਆਸਤ ਦੇ ਬਹੁਤ ਜਿਆਦਾ ਭੁੱਖੇ ਨੇ ਸੱਤਾ ਤੋਂ ਬਗੈਰ ਹੀ ਰਹਿ ਨਹੀਂ ਸਕਦੇਗੇ ਸੱਤਾ ਦਾ ਆਨੰਦ ਮਾਣਨ ਚ ਇਹਨਾਂ ਨੂੰ ਪੂਰਾ ਵਿਸ਼ਵਾਸ ਇਸ ਕਰਕੇ ਸਭ ਤੋਂ ਜਿਆਦਾ ਜਿਹੜਾ ਪਲਟੀ ਆ ਸਿੱਖਾਂ ਚੋਂ ਜਿਆਦਾ ਜੱਟ ਸਿੱਖ ਮਾਰਦੇ ਆਗੇ ਨੇ ਔਰ ਸਭ ਤੋਂ ਪਹਿਲਾਂ ਜਦੋਂ ਲੱਗਾ ਕਿ ਇਹਨਾਂ ਨੂੰ ਪੰਜਾਬ ਚ ਨਹੀਂ ਸਾਡੀ ਕੁਛ ਰਹਿ ਗਿਆ ਕੁਛ ਅਹੀਂ ਲਵਾਰਸ ਹੋ ਗਏ ਆ ਲੱਗਾ ਕਿ ਸੈਂਟਰ ਦੇ ਵਿੱਚ ਬੀਜੇਪੀ ਦੋ ਵਾਰ ਰਾਜ ਕਰੀ ਹੈ 2014 ਤੋਂ ਲੈ ਕੇ 1919 ਤੋਂ ਲੈ ਕੇ 24 ਤੇ 24 ਦੇ ਲੋਕੀ ਹੁਣ ਤੋਂ ਹੀ ਕਹਿ ਰਹੇ ਨੇ ਕਿ 24 ਦੇ ਵਿੱਚ ਵੀ ਬੀਜੇਪੀ ਆ ਸਕਦੀ ਹੈਗੇ ਆ ਸਕਦੀ ਦੇ ਚੱਕਰ ਚ ਪੰਜਾਬ ਦੀ ਸਮੁੱਚਾ ਜਿਹੜਾ ਕਾਂਗਰਸ ਦਾ ਜਿਹੜਾ ਸਿੱਖ ਡੋਮਿਨੇਟ ਸੀ ਜਾਂ ਜੱਟ ਸਿੱਖ ਸੀ ਉਹਨਾਂ ਨੇ ਸਭ ਤੋਂ ਵੱਡ ਜਿਹੜੀਆਂ ਪਲਟੀਆਂ ਮਾਰੀਆਂ ਨੇ ਕਾਂਗਰਸ ਛੱਡ ਕੇ ਉਹਦੇ ਚ ਗਏ ਨੇ ਬੀਜੇਪੀ ਚ ਕੌਣ ਗਿਆ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੱਤਾ ਦਾ ਉਹ ਵੀ ਬਹੁਤ ਭੁੱਖੇ ਨੇ ਕੈਪਟਨ ਅਮਰਿੰਦਰ ਸਿੰਘ 98 ਦੇ ਵਿੱਚ 97 ਦੇ ਟਿਕਟ ਨਹੀਂ ਮਿਲੀ 98 ਚ ਉਹ ਪਾਰਟੀ ਪ੍ਰਧਾਨ ਬਣ ਜਾਂਦੇ ਹੈਗੇ ਦੋ ਯਾਰ ਦੋ ਚੋ ਮੁੱਖ ਮੰਤਰੀ ਬਣ ਜਾਂਦੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਬਣਦੇ ਬੜੇ ਪ੍ਰਧਾਨ ਰਹੇ ਲਾਲ ਸਿੰਘ ਰਹੇ ਸ਼ਮਸ਼ੇਰ ਸਿੰਘ ਦੁੱਲੋ ਰਹੇ ਉਹ ਪ੍ਰਤਾਪ ਸਿੰਘ ਬਾਜਵਾ ਵੀ ਰਹੇ ਕਿਸੇ ਨੂੰ ਉਹਨਾਂ ਨੇ ਟਿਕਣ ਨਹੀਂ ਦਿੱਤਾ ਹੈਗਾ ਫਿਰ ਪ੍ਰਧਾਨ ਬਣ ਕੇ ਮੁੱਖ ਮੰਤਰੀ ਬਣ ਕੇ ਨਾ ਫਿਰ ਲਾਲੋ ਬਲਬੀਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਕਾਂਗੜ ਕੇਵਲ ਸਿੰਘ ਢਿੱਲੋਂ ਰਾਣਾ ਗਰਮੀਤ ਸਿੰਘ ਸੋਢੀ ਉਹ ਜਿਹੜੇ ਚਿਹਰੇ ਨੇ ਜਿਹੜੇ ਡੋਮিনেਟ ਕਰਦੇ ਆ ਜਿਨੂੰ ਲੱਗਦਾ ਕਿ ਹੁਣ ਬੀਜੇਪੀ ਦੇ ਸਿਰ ਤੇ ਪੰਜਾਬ ਚ ਰਾਜ ਕਰਨਗੇ ਹੋ ਸਕਦਾ ਕਿ ਬਾਕੀ ਸੂਬਿਆਂ ਦੇ ਵਿੱਚ ਆਪਾਂ ਬਿਜ਼ਨਸ ਕਾਰੋਬਾਰ ਵੀ ਵਧਾਈਏ ਕਿਉਂਕਿ ਬੀਜੇਪੀ ਇੱਕ ਬਹੁਤ ਵੱਡੀ ਪਾਰਟੀ ਦੁਨੀਆ ਦੀ ਇੱਕ ਉਹ ਵੱਡੀ ਪਾਰਟੀ ਇੱਕ ਸ਼ਕਤੀਸ਼ਾਲੀ ਪਾਰਟੀ ਬਣ ਗਈ ਆ ਤੇ ਜੋ ਸ਼ਕਤੀਸ਼ਾਲੀ ਪਾਰਟੀ ਹੈ ਤੇ ਇਸ ਕਰਕੇ ਉਹ ਸ਼ਕਤੀਸ਼ਾਲੀ ਪਾਰਟੀ ਨਾਲ ਤੁਸੀਂ ਖੁਦ ਵੀ ਮਜ਼ਬੂਤ ਹੁੰਦੇ ਹੋ ਤੇ ਮੈਨੂੰ ਲੱਗਦਾ ਇਹ ਸਾਰਾ ਉਹ ਸਿਆਸਤ ਦਾ ਚੱਕਰ ਬੀਜੇਪੀ ਨੂੰ ਵੀ ਚਾਹੀਦੇ ਪੰਜਾਬ ਦੇ ਵਿੱਚ ਬੀਜੇਪੀ ਕਿ ਕੱਲੇ 23 ਸੀਟਾਂ ਦੇ ਲੜਦੇ ਹੋ ਉਹਨਾਂ ਨੂੰ ਹੁਣ 117 ਬੰਦੇ ਚਾਹੀਦੇ ਨੇ 117 ਬੰਦੇ ਚਾਹੀਦੇ ਨੇ ਉਹਦੇ ਚ ਜੱਟ ਸਿੱਖ ਚਾਹੀਦੇ ਨੇ ਸੁਪੀ ਸਿੰਘ ਬਾਦਲ ਹੋਣਾ ਨੇ ਕਾਲੀ ਦਲ ਨੂੰ ਨਾ ਤੋਂ ਤੋੜਿਆ ਸੀ ਉਹ ਦੋ ਸੀ ਕਿ ਵਾਰਸ ਦੀ ਲੜਾਈ ਸੀ ਕਿ ਕਾਲੀ ਦਲ ਦਾ ਜਮ ਬਾਦਲ ਪਰਿਵਾਰ ਦਾ ਵਾਰਿਸ ਸੁਭੀਤ ਸਿੰਘ ਬਾਦਲ ਹੋਊਗਾ ਜਾਂ ਮਨਪ੍ਰੀਤ ਸਿੰਘ ਬਾਦਲ ਹੋਊਗਾ ਕਿਉਂਕਿ ਉਸ ਤੋਂ ਬਾਅਦ ਦੋਨਾਂ ਪਰਵਾਂ ਵਿੱਚ ਵਿਗੜ ਗਈ ਪ੍ਰਕਾਸ਼ ਸਿੰਘ ਬਾਦਲ ਵੀ ਗੁਰਦਾਸ ਸਿੰਘ ਬਾਦਲ ਵੀ ਕਿਉਂਕਿ 95 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਸਿਆਸਤ ਚ ਐਂਟਰੀ ਹੁੰਦੀ ਆ ਉਹ ਗਿੱਦੜ ਬਾਏ ਤੋਂ ਜਿਮਨੀ ਚੋਣ ਜਿੱਤਦੇ ਨੇ ਤੇ 1996 ਦੇ ਵਿੱਚ ਸੁਖਬੀਰ ਬਾਦਲ ਦੀ ਐਂਟਰੀ ਹੁੰਦੀ ਆ ਉਹ ਲੋਕ ਸਭਾ ਜਿੱਤੇ ਜਾਂਦੇ ਆਗੇ ਨੇ ਉਸ ਤੋਂ ਬਾਅਦ ਨਿਭਦੀ 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 ਜਾ ਕੇ 2011 ਆ ਜਾਂਦਾ ਹੈਗਾ 2011 ਤੱਕ ਕੋਈ ਕਾਲੀ ਦਲ ਚ ਰਹਿੰਦੇ ਆਗੇ ਨੇ 95 ਜਿੱਤ ਦੇ 97 ਜਿੱਤ ਦੇ 2002 ਜਿੱਤ ਦੇ 2007 ਜਿੱਤ ਦੇ ਆਗੇ 11 ਜਾ ਕੇ ਉਹ ਨਵੀਂ ਇੱਕ ਪਾਰਟੀ ਬਣਾ ਲੈਂਦੇ ਪੀਪਲਜ਼ ਪਾਰਟੀ ਆਫ ਪੰਜਾਬ ਕਿਸਮਤ ਲੜਾਉਂਦੇ ਆਗੇ ਨੇ ਖੁਦ ਦੋ ਸੀਟਾਂ ਦੇ ਲੜਦੇ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਹਾਰ ਜਾਂਦੇ ਆਗੇ ਨੇ ਬੋਰਡ ਵੀ ਤੇ ਗਿੱਦੜ ਬਾਬੇ ਫਿਰ ਕਾਂਗਰਸ ਪਾਰਟੀ ਚ ਮਰਜ ਹੋ ਜਾਂਦੇ ਨੇ ਠੀਕ ਹੈ ਕਾਂਗਰਸ ਪਾਰਟੀ ਦੇ 2014 ਚ ਲੋਕ ਸਭਾ ਬਠਿੰਡਾ ਲੜਦੇ ਹਾਰ ਜਾਂਦੇ ਆਗੇ ਨੇ ਫਿਰ 17 ਚੋ ਜਿੱਤ ਜਾਂਦੇ ਮਨਿਸਟਰ ਬਣ ਜਾਂਦੇ ਬਠਿੰਡਾ ਤੋਂ ਐਮ ਐਲ ਏ ਬਣ ਕੇ ਔਰ ਹੁਣ ਜਿਹੜਾ ਨਵਾਂ ਜਿਹੜਾ ਉਹਨਾਂ ਦਾ ਪੈ ਗਿਆ ਹੈਗਾ ਪੇਚਾ ਪੈ ਕਹਿ ਲੋ ਉਹਦੋਂ ਦਾ ਪੈ ਗਿਆ ਜਦੋਂ ਰਾਜਾ ਮਰਿੰਦਰ ਸਿੰਘ ਵੜਿੰਗ ਲਾਈਮਲਾਈਟ 'ਚ ਆਇਆਗਾ ਉਹਨੂੰ ਪਾਰਟੀ ਦਾ ਪ੍ਰਧਾਨ ਬਣਾ ਕੇ ਪਾਰਟੀ ਨੇ ਤੋਰ ਦਿੱਤਾ ਕਿ ਚੱਲ ਲੀਡ ਕਰ ਤੂੰ ਪੰਜਾਬ ਨੂੰ ਲੀਡ ਕਰ ਕਾਂਗਰਸ ਪਾਰਟੀ ਨੂੰ ਲੀਡ ਕਰ ਇਹਨਾਂ ਦਾ 36 ਦਾ ਅੰਕੜਾ ਹੈਗਾ ਬਹੁਤ ਜ਼ਿਆਦਾ ਇਸ ਮਸਲੇ ਦੇ ਵਿੱਚ ਉਹਨੂੰ ਲੱਗਦਾ ਕਿ ਹੁਣ ਮੇਰਾ ਇੱਥੇ ਸਰਵਾਈਵਲ ਔਖਾ ਠੀਕ ਹੈ ਮੇਰੇ ਬੰਦੇ ਨਜ਼ਰ ਅੰਦਾਜ਼ ਹੋ ਰਹੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਰਾਜਾ ਮਰਿੰਦਰ ਸਿੰਘ ਪ੍ਰਧਾਨ ਪਾਰਟੀ ਦੇ ਜਿੰਨੀਆਂ ਕਮੇਟੀਆਂ ਬਣੀਆਂ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਉਹਦੇ 'ਚ ਕਿਤੇ ਵੀ ਨਾਮ ਨਹੀਂ ਆ ਗਿਆ ਨਾ ਸੁਖਪਾਲ ਸਿੰਘ ਖੈਰਾ ਦਾ ਨਾਮ ਆ ਗਿਆ ਸੀ ਨਾ ਮਨਪੀਤ ਸਿੰਘ ਬਾਦਲ ਦਾ ਨਾਮ ਆ ਗਿਆ ਸੀ ਬੰਦਾ ਨਜ਼ਰ ਅੰਦਾਜ਼ ਹੋ ਗਿਆ ਚੋਣਾ ਹਾਰ ਜਾਂਦਾ ਨਮਰਪੀ ਸਿੰਘ ਬਾਦਲ ਸਾਰੇ ਹਾਰੇ ਵੈਸੇ ਉਹ ਕੱਲਰ ਤੇ ਨਹੀਂ ਹਾਰੇ ਉਹ ਫਿਰ ਬਾਹਰ ਚਲੇ ਜਾਂਦੇ ਨੇ 4-5 ਮਹੀਨੇ ਬਾਅਦ ਆਉਂਦੇ ਕਿਉਂਕਿ ਉੱਥੇ ਉਹਨਾਂ ਦੇ ਮਾਮਾ ਜੀ ਬਿਮਾਰ ਸਨ ਉਹਨਾਂ ਦਾ ਉੱਥੇ ਉਹਨਾਂ ਕੋਲ ਚਲੇ ਜਾਂਦੇ ਆਉਂਦੇ ਨੇ ਉਹਨਾਂ ਨੂੰ ਪਾਰਟੀ ਚ ਕੁਝ ਨਹੀਂ ਮਿਲਦਾ ਕਿ ਪਾਰਟੀ ਦੇ ਆਉਂਦੇ ਤੇ ਚਿਹਰਾ ਗਿਆ ਉਹਨਾਂ ਦੀ ਜਿਹੜੀ ਲੜਾਈ ਆ ਉਹ ਆਪ ਤੇ ਸਿੱਧੀ ਲੜ ਰ ਨਹੀਂ ਰਹੇ ਸੀ ਲੜਾਈ ਲੜ ਰਹੇ ਉਹਨਾਂ ਦੇ ਸਾਲਾ ਸਾਹਿਬ ਜੈਜੀਤ ਸਿੰਘ ਜੋ ਜੋਜੋਲ ਉਹ ਲੜ ਰਹੇ ਸੀ ਠੀਕ ਆ ਉਹ ਰਾਜਾ ਮਰਿੰਦਰ ਸਿੰਘ ਵੜਿੰਗਣਾ ਇਟ ਖੜਕਾ ਚੱਲ ਰਿਹਾ ਸੀ ਫੇਸਬੁੱਕ ਤੇ ਟਵਿੱਟਰ ਤੇ ਸਭ ਤੋਂ ਚੱਲ ਰਿਹਾ